ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 28 ਮਈ ਰਾਤ ਦੀ ਮੌਸਮੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਦੇਰ ਸ਼ਾਮ ਲਗਭਗ 7 ਵਜੇ ਦੇ ਆਸ 6-7 ਵਜੇ ਤੋਂ ਲੈ ਕੇ ਕੀ ਮੌਸਮੀ ਹਲਚਲ ਹੈ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਸ਼ਾਮ ਦੀ 6 ਵਜੇ ਦੀ ਅਪਡੇਟ ਹੈ ਤਾਂ ਬੱਦਲ ਬਾਈ ਦੇਖ ਰਹੇ ਹਾਂ ਕਿ ਥੋੜੀ ਬਹੁਤ ਬਣੀ ਹੋਈ ਆ ਪੰਜਾਬ ਦੇ ਦੱਖਣ ਪੱਛਮੀ ਹਿੱਸਿਆਂ ਵਿੱਚ ਕੁਝ ਦਰਮਿਆਨੇ ਪੱਧਰ ਦੀ ਬੱਦਲ ਬਾਈ ਹੈ ਉਸ ਦਾ ਕਾਰਨ ਹੈ ਕਿ ਜਿਹੜਾ ਦੁਪਹਿਰ ਦੇ ਆਸ-ਪਾਸ ਇੱਕ ਜਿਹੜਾ ਬੱਦਲੀ ਸਿਸਟਮ ਆਪਣੇ ਰਾਜਸਥਾਨ ਦੇ ਇਲਾਕੇ ਉੱਪਰ ਬਣਿਆ ਸੀ ਜਿਨੇ ਕਿ ਵੱਡਾ ਰੂਪ ਲੈ ਕੇ ਪੰਜਾਬ ਦਾ ਬਦਖੜ ਪੱਛਮੀ ਹਿੱਸਾ ਬੱਦਲਵਾਈ ਅੰਡਰ ਕਵਰ ਕੀਤਾ ਹੈ ਸੋ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਵੇਰ ਦੀ ਵੀਡੀਓ ਵਿੱਚ ਕਿ ਜਿਹੜਾ ਮੌਸਮ ਹੈ ਇਸ ਸਮੇਂ ਨਮੀ ਵਧੀ ਹੋਣ ਕਰਕੇ ਅਜਿਹੇ ਜਿਹੜੇ ਗਰਜ ਚਮਕ ਹਨੇਰੀ ਵਾਲੇ ਬੱਦਲ ਨੇ ਜਿਹੜੇ ਅਚਾਨਕ ਬਣਦੇ ਨੇ ਉਹਨਾਂ ਲਈ ਮੌਸਮੀ ਹਾਲਾਤ ਅਨੁਕੂਲ ਬਣੇ ਹੋਏ ਨੇ ਸੋ ਜਿਸ ਕਰਕੇ ਇਹਨਾਂ ਮੈਦਾਨੀ ਭਾਗਾਂ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੋ ਉਸੇ ਤਰ੍ਹਾਂ ਇਸ ਰਾਜਸਥਾਨ ਦੇ ਇਲਾਕੇ ਤੋਂ ਬੱਦਲ ਉੱਠਿਆ ਪੰਜਾਬ ਨੂੰ ਕਵਰ ਕਰ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਤੱਕ ਹੋਰ ਜ਼ਿਆਦਾ ਪੰਜਾਬ ਦੇ ਇਲਾਕਿਆਂ ਵਿੱਚ ਇਸ ਬੱਦਲਬਾਗੀ ਦਾ ਦੌਰ ਬਧੇਗਾ ਤੇ ਉਧਰ ਕੁਝ ਪੱਛਮੀ ਪਾਸਿਆਂ ਵੀ ਟੁੱਟਵੇਂ ਬੱਦਲੀ ਸਿਸਟਮ ਜਿਹੜੇ ਪਹੁੰਚ ਰਹੇ ਨੇ ਸੋ ਇਹਨਾਂ ਦੇ ਚੱਲਦੇ ਜਿਹੜਾ ਮੌਸਮ ਹੈ ਪੰਜਾਬ ਦਾ ਉਹ ਆਪਾਂ ਨੂੰ ਅੱਜ ਰਾਤ ਦੇ ਸਮੇਂ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਬਦਲਦਾ ਹੋਇਆ ਦੇਖਣ ਨੂੰ ਮਿਲੂਗਾ ਖਾਸ ਤੌਰ ਤੇ ਜਿਹੜਾ ਪੰਜਾਬ ਦਾ ਦੱਖਣ ਪੱਛਮੀ ਹਿੱਸਾ ਜਿਵੇਂ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਫਿਰੋਜ਼ਪੁਰ ਦੇ ਇਲਾਕੇ ਤਰਨਤਾਰਨ ਸਾਹਿਬ ਤੱਕ ਦੇ ਕੁਝ ਭਾਗ ਇਸ ਤੋਂ ਇਲਾਵਾ ਮਾਨਸਾ ਬਠਿੰਡਾ ਦੇ ਭਾਗ ਹੋਗੇ ਮੋਗਾ ਜ਼ਿਲ੍ਹਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀ ਨੇ ਹਨੇਰੀ ਦੇ ਚਾਂਸ ਵੀ ਇਹਨਾਂ ਲਾਗਿਆਂ ਇਹ ਇਲਾਕਿਆਂ ਵਿੱਚ ਵਣਦੇ ਹੋਏ ਦੇਖਣ ਨੂੰ ਮਿਲ ਸਕਦੇ ਨੇ ਇਸ ਦੇ ਨਾਲ ਜਿਹੜਾ ਪੱਛਮੀ ਹੈ ਆਪਣਾ ਮਾਲ ਸੋਰੀ ਮਾਝੇ ਦਾ ਜੋ ਖੇਤਰ ਹੈ ਉਸ ਇਲਾਕੇ ਦੇ ਵਿੱਚ ਵੀ ਜਿਹੀਆਂ ਕਾਰਵਾਈਆਂ ਆਪਾਂ ਨੂੰ ਅੱਧੀ ਰਾਤ ਦੇ ਆਸ-ਪਾਸ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪੰਜਾਬ ਦਾ ਜਿਹੜਾ ਪੱਛਮੀ ਹਿੱਸਾ ਤੇ ਦੱਖਣ ਪੱਛਮੀ ਤੇ ਕੁਝ ਮੱਧ ਪੰਜਾਬ ਦੇ ਇਲਾਕੇ ਨੇ ਇਹਨਾਂ ਇਲਾਕਿਆਂ ਵਿੱਚ ਅੱਧੀ ਰਾਤ ਦੇ ਆਸ-ਪਾਸ ਤੱਕ ਬੱਦਲਬਾਜ਼ੀ ਦੇਖਣ ਨੂੰ ਮਿਲੂਗੀ ਕੁਝ ਕੁ ਭਾਗਾਂ ਦੇ ਵਿੱਚ ਹਨੇਰੀਮੀਂ ਦੇ ਹਾਲਾਤ ਵੀ ਬਣ ਸਕਦੇ ਨੇ ਤੇਜ਼ ਹਵਾਵਾਂ ਦੇ ਬੁੱਲੇ ਵੀ ਚੱਲ ਸਕਦੇ ਨੇ ਕੁਝ ਸਮੇਂ ਲਈ ਤੇ ਇਹ ਸਿਸਟਮ ਦਾ ਜਿਹੜਾ ਪ੍ਰਭਾਵ ਆ ਲਗਭਗ ਅੱਧੀ ਰਾਤ ਦੇ ਆਸ-ਪਾਸ ਤੱਕ ਜਿਹੜਾ ਦੇਖਣ ਨੂੰ ਮਿਲਦਾ ਰਹੇਗਾ ਤੇ ਉਸ ਤੋਂ ਬਾਅਦ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡਾ ਸੁਧਾਰ ਹੋਣ ਦੇ आसार ਨਹੀਂ ਹਨ ਕਿ ਕੋਈ ਗੱਲ 29 ਤਰੀਕ ਤੋਂ ਫਿਰ ਜਿਹੜੇ ਅਗਲਾ ਇੱਕ ਸਿਸਟਮ ਹੈ ਜਿਹੜਾ ਉਹ ਆਪਣਾ ਕਰ ਕਿਰਿਆਸ਼ੀਲ ਹੋਵੇਗਾ ਆਪਣੀਆਂ ਮੌਸਮੀ ਗਤੀਵਿਧੀਆਂ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਉੱਪਰ ਲੈ ਕੇ ਆਪਣਾ ਜਿਹੜਾ ਮੌਸਮੀ ਹਲਚਲ ਆ ਸ਼ੁਰੂ ਕਰ ਦੇਵੇਗਾ ਤੇ ਜਿਹਦੇ ਚੱਲਦੇ ਆਉਂਦੇ ਫਿਰ 2-3 ਦਿਨਾਂ ਤੱਕ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਵਿੱਚ ਮੌਸਮੀ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਸੋ ਇਸ ਤਰ੍ਹਾਂ ਪਾਸੰਗੇ ਵਿੱਚ ਕਹਿ ਸਕਦੇ ਆਂ ਵੀ ਪੰਜਾਬ ਦਾ ਮੌਸਮ ਜਿਹੜਾ ਦੱਖਣ ਪੱਛਮੀ ਪਾਸਿਆਂ ਤੋਂ ਥੋੜਾ ਹੋਇਆ ਬਦਲਦਾ ਹੋਇਆ ਦੇਖਣ ਨੂੰ ਮਿਲੂਗਾ ਜਿਹਦੇ ਚਲਦੇ ਪੰਜਾਬ ਦੇ 50-60% ਇਲਾਕਿਆਂ ਵਿੱਚ ਮੌਸਮੀ ਹਲਚਲ ਬੱਦਲਬਾਈ ਹਨੇਰੀਮੀ ਦੇ ਕੁਝ ਲਾਹ ਲਾਕਿਆਂ ਵਿੱਚ ਹਾਲਾਤ ਬਣਨਗੇ ਬੱਦਲਬਾਈ ਲਗਭਗ ਪੰਜਾਬ ਦੇ 70 ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗੀ ਤੇ 50-60% ਇਲਾਕਿਆਂ ਵਿੱਚ ਕੁਝ ਹਨੇਰੀਮੀ ਦੇ ਅਸਰ ਵੀ ਬਣ ਸਕਦੇ ਨੇ ਖਾਸ ਤੌਰ ਤੇ ਦੱਖਣ ਪੱਛਮੀ ਹਿੱਸਿਆਂ ਦੇ ਵਿੱਚ ਤੇ ਬਾਕੀ ਜੋ ਕੱਲ ਸਵੇਰ ਦੀ ਅਪਡੇਟ ਆਉ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਸਦੋਂ ਤੱਕ ਲਈ ਧੰਨਵਾਦ ਜੀ